ਇਸ ਵੇਲੇ ਦੀ ਵੱਡੀ ਖਬਰ ਇਹ ਆ ਰਹੀ ਹੈ ਕਿ ਪੰਜਾਬੀ ਮੂਵੀ ਸ਼ੂਟਰ ਨੂੰ ਇੰਟਰਨੈਟ 'ਤੇ ਲੀਕ ਕਰ ਦਿੱਤਾ ਗਿਆ। ਦੱਸ ਦੇ ਤੁਹਾਨੂੰ ਕਿ ਸ਼ੂਟਰ ਫਿਲਮ 'ਤੇ ਪੰਜਾਬ ਸਰਕਾਰ ਦੇ ਵੱਲੋਂ ਬੈਨ ਲਗਾ ਦਿੱਤਾ ਗਿਆ ਸੀਗਾ, ਪਰ ਹਾਲ ਹੀ ਦੇ ਵਿੱਚ ਜੈ ਰੰਧਾਵਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਦਿੱਤੀ ਗਈ ਸੀਗੀ ਕਿ ਸ਼ੂਟਰ ਫਿਲਮ ਬਹੁਤ ਹੀ ਜਲਦ ਕੋਰੋਨਾ ਵਾਇਰਸ 'ਤੇ ਜਦ ਕਾਬੂ ਪਾ ਲਿੱਤਾ ਜਾਏਗਾ ਉਸ ਤੋਂ ਬਾਅਦ ਥੀਏਟਰਸ ਦੇ ਵਿੱਚ ਰਿਲੀਜ਼ ਕੀਤੀ ਜਾਏਗੀ। ਜੈ ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਲਿਖਿਆ ਸੀਗਾ, ਸ਼ੂਟਰ ਵਿਲ ਬੀ ਇਨ ਥੀਏਟਰਸ ਆਫਟਰ ਕੋਰੋਨਾ, ਪਲੀਜ਼ ਸਾਥ ਦਿਓ ਅਤੇ ਫਿਲਮ ਥੀਏਟਰ ਵਿੱਚ ਦੇਖਿਓ, ਤੁਸੀਂ ਫਿਲਮ ਥੀਏਟਰ 'ਚ ਦੇਖ ਸਕੋ, ਇਸੇ ਲਈ ਤਾਂ ਇਹ ਲੜਾਈ ਲੜ ਰਹੇ ਹਾਂ, ਸਾਥ ਦਿਓ ਅਤੇ ਸਭ ਨੂੰ ਦੱਸ ਦਿਓ। ਪਰ ਹੁਣ ਖਾਸ ਗੱਲ ਇਹ ਹੈ ਕਿ ਇਸ ਫਿਲਮ ਨੂੰ ਲੀਕ ਕਿਸ ਨੇ ਕੀਤਾ ਔਰ ਕਿਉਂ ਕੀਤਾ, ਅਤੇ ਨਾਲ ਹੀ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਕੁਝ ਵੈਬਸਾਈਟਸ ਤੋਂ ਇਹ ਫਿਲਮ ਦਾ ਜੋ ਲਿੰਕ ਹੈ ਉਸਨੂੰ ਡਿਲੀਟ ਵੀ ਕਰ ਦਿੱਤਾ ਗਿਆ, ਪਰ ਅੱਧੇ ਨਾਲੋਂ ਜ਼ਿਆਦਾ ਜਨਤਾ ਨੇ ਹੁਣ ਇਸ ਫਿਲਮ ਨੂੰ ਦੇਖ ਲਿਆ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਫਿਲਮ ਥੀਏਟਰ ਦੇ ਵਿੱਚ ਆਏਗੀ ਜਾਂ ਫਿਰ ਔਨਲਾਈਨ ਇਸ ਨੂੰ ਦੁਬਾਰਾ ਤੋਂ ਰਿਲੀਜ਼ ਕੀਤਾ ਜਾਏਗਾ, ਜਾਂ ਜੇਕਰ ਕਿਸੇ ਨੇ ਇਸ ਫਿਲਮ ਨੂੰ ਜਾਣ ਬੁੱਝ ਕੇ ਲੀਕ ਕੀਤਾ ਹੈ ਤਾਂ ਉਸਦੇ ਬਣਦੀ ਕਾਰਵਾਈ ਕਰੇਗੀ ਫਿਲਮ ਦੀ ਟੀਮ ਜਾਂ ਨਹੀਂ।